ਮੈਂ ਤੁਹੇ ਪਹਿਲੇ ਆਪਾਂ ਮੋਗੇ ਵਾਲੀ ਘਟਨਾ ਤੇ ਗੱਲ ਕਰ ਲਈਏ ਤਾਂ ਫਿਰ ਮੇਰੇ ਖਿਆਲ ਨਾਲ ਬਰਨਾਲੇ ਵਾਲੇ ਵੀ ਥੋੜਾ ਜ਼ਿਕਰ ਉਹਦਾ ਵੀ ਕਰ ਲਿਓ ਪਲੀਜ਼ ਤਾਂ ਮੋਗੇ ਦੇ ਵਿੱਚ ਮਿੰਟੂ ਜੀ ਦੋ ਤਿੰਨ ਮਿਲ ਦਾ ਸ਼ਰਦੂ ਦੇ ਵਿੱਚ ਅਰੈਸਟ ਹੋ ਗੀਆਂ ਨੇ ਹੁਣ ਤੱਕ ਪੁਲਿਸ ਨੇ ਆ ਦੱਸ ਦੇ ਕਿ ਦੋ ਕਿ ਤਿੰਨ ਹੋ ਗੀਆਂ ਬੰਦੇ ਚਾਰ ਪੰਜ ਨਾਮਜ਼ਦ ਕੀਤੇ ਨੇ ਨਾ ਜੀ ਦੇਖੋ ਉਹ ਜਿਹੜਾ ਸਾਰਾ ਕੁਝ ਵਾਪਰਿਆ ਜੀ ਉਹਦੇ ਵਿੱਚ ਤੇ ਹੁਣ ਇੱਕ ਆਡੀਓ ਵੀ ਆਈ ਪਈ ਹੈ ਨਾ ਹਾਂਜੀ ਉਹੀ ਵਾਇਰਲ ਹੋ ਰਹੀ ਹੈ ਉਹ ਕਥੇ ਤੌਰ ਤੇ ਜਿਹੜੀ ਆਡੀਓ ਆ ਵਾਇਰਲ ਹੋਈ ਆ ਹੁਣ ਪਤਾ ਨਹੀਂ ਕੀ ਦੀ ਹੈ ਕੀ ਨਹੀਂ ਹੈਗੀ ਭਾਈ ਅਸੀਂ ਤੇ ਕੀ ਕਹਿ ਸਕਦੇ ਆ ਜੀ ਪਰ ਉਸ ਆਡੀਓ ਚ ਬਤੇਰਾ ਖੁਸ਼ ਹੈ। ਕੀ ਤੋਹਫਾ ਪ੍ਰਵਾਨ ਕਰ ਤੇ ਅਗਲੀ ਵਾਰ ਇਹ ਨਹੀਂ ਤੇ ਫਿਰ ਸਿਰ ਚ ਗੋਲੀ ਬੱਜੇਗੀ। ਨਾਲ ਇਹ ਵੀ ਕਿਹਾ ਗਿਆ ਜੀ ਇਕੱਠੇ ਰਹਿੰਦੇ ਸਾਂ ਇਹ ਗਦਾਰੀ ਕਰਕੇ ਆਮ ਆਦਮੀ ਪਾਰਟੀ ਚ ਚਲੇ ਗਏ ਬੰਦੇ ਲੈ ਕੇ ਜੀ ਹੁਣ ਸਰਪੰਚੀ ਭਾਲ ਦਾ ਮਤਲਬ ਕਿਸ ਤਰ੍ਹਾਂ ਦਾ ਇਹ ਸਾਰਾ ਕੁਝ ਉਹਨੂੰ ਮਿਲ ਰਿਹਾ ਜੀ ਵੇਖੋ ਗੱਲ ਇਹ ਆ ਮਾਨ ਸਾਹਿਬ ਕੇ ਜਿਸ ਤਰ੍ਹਾਂ ਇੱਕ ਘਟਨਾ ਵਾਪਰੀ ਆ ਜੀ ਗੱਲ ਤੇ ਡਰਾਉਣ ਦੀ ਉਹ ਆ ਪਹਿਲੀ ਗੱਲ ਆ ਕਿਉਂਕਿ ਮੈਨੂੰ ਇੱਕ ਕਬੱਡੀ ਦੇ ਬੜੇ ਵੱਡੇ ਕਮੈਂਟੇਟਰ ਨੇ ਤੇ ਉਹਨਾਂ ਨੇ ਦੱਸਿਆ ਸਵੇਰੇ ਫੋਨ ਕਰਕੇ ਕਿ ਕਬੂਤਰ ਵੇਖਣ ਦੇ ਬਹਾਨੇ ਇਹ ਬੜੇ ਸੀ ਅੰਦਰ ਅੱਜ ਕੱਲ ਕਬੂਤਰ ਰੱਖਣ ਦਾ ਵੀ ਤੁਹਾਨੂੰ ਪਤਾ ਹੈ ਨਾ ਤੇ ਇੱਦਾਂ ਹੀ ਪਹਿਲਾਂ ਅਸੀਂ ਮੁੱਗੇ 'ਚ ਮੋਹਰ ਲਵਾਉਣ ਲਈ ਨੰਬਰਦਾਰ ਦੇ ਘਰੇ ਕਿ ਮੋਹਰ ਲਵਾਉਣੀ ਹੈ ਜੀ ਆਏ ਹਾਂ ਅਸੀਂ ਹਾਂ ਇਸ ਤਰ੍ਹਾਂ ਮਤਲਬ ਕਿ ਫਿਰ ਸਾਰਾ ਕੁਝ ਉਹਨਾਂ ਨੂੰ ਪਤਾ ਹੁੰਦਾ ਜੀ ਫਰਜ਼ ਕਰੋ ਤੁਹਾਡੇ ਤੋਂ ਕਿਸੇ ਨੇ ਅਟੈਕ ਕਰਵਾਉਣਾ ਤੇ ਉਹ ਅਗਲਾ ਕਹੂਗਾ ਤੋ ਆ ਜਾ ਫਰਿਆਦੀ ਬਣ ਕੇ ਕਿ ਮੈਂ ਤੇ ਖਬਰ ਲਵਾਉਣੀ ਆ ਤੇ ਅਗਲਾ ਉਹੋ ਜਿਆ ਫਿਰ ਪਰਪੰਚਰਾਚਲਿੰਦਾ ਆਇਆ ਨਾ ਜੀ ਤੇ ਉਹਨਾਂ ਨੇ ਮਤਲਬ ਜਿੱਦਾਂ ਦੀ ਫਾਇਰਿੰਗ ਕੀਤੀ ਉਹ ਤੋਂ ਤੇ ਇਹੀ ਲੱਗਦਾ ਕਿ ਡਰਾਇਆ ਪੈਰਪੁਰਚ ਗੋਲੀ ਬਚ ਗਈ ਹੁਣ ਜਿਹੜਾ ਉਹ ਵਿਦੇਸ਼ ਚ ਬੈਠਾ ਹੈ ਸ਼ਾਇਦ ਜੱਗਾ ਨਾਮ ਦਾ ਕੋਈ ਨੌਜਵਾਨ ਹੈ ਜੀ ਮਤਲਬ 10 ਕੋ ਸਾਲ ਤੋਂ ਬਾਹਰ ਰਹਿ ਰਿਹਾ ਹੋ। ਇਹ ਆਮਦਵੀ ਪਾਰਟੀ ਜੁਆਇਨ ਕਰ ਗਿਆ ਤੇ ਸ਼ਾਇਦ ਉਹ ਦੂਸਰੀ ਕਿਸੇ ਸਿਆਸੀ ਪਾਰਟੀ ਨਾਲ ਕਿਉਂਕਿ ਮੈਨੂੰ ਪਾਰਟੀ ਦਾ ਪੱਕਾ ਪਤਾ ਨਹੀਂ ਹੈ। ਜੀ। ਇਸ ਕਰਕੇ ਮੈਂ ਨਾ ਨਹੀਂ ਲੈ ਰਿਹਾ ਸ਼ਾਇਦ ਕਿਸੇ ਨੂੰ ਪਤਾ ਹੋਏਗਾ ਤੇ ਉਹ ਦੱਸਦਾ ਹੈਗਾ। ਮਤਲਬ ਪਾਰਟੀ ਬਾਜੀ ਦੀ ਹੁੰਦਕ ਹੈ। ਕਬੱਡੀ ਖਿਡਾਰੀ ਏ, ਅੱਛਾ ਖਿਡਾਰੀ ਆ। ਜੀ। ਇਹ ਨਹੀਂ ਹੈ ਕਿ ਕੋਈ ਮਤਲਬ ਕਿ ਸਧਾਰਨ ਜਿਹਾ ਕਬੱਡੀ ਖਿਡਾਰੀ ਆ। ਜੀ। ਅੱਛਾ ਖਟਾਰੀ ਸੀ ਚਲੋ ਬਚ ਗਿਆ ਪਰ ਮਸਲਾ ਜਿਹੜਾ ਸਾਡੇ ਸੋਚਣ ਵਾਸਤੇ ਇਹ ਆ ਕਿ ਸਰਪੰਚੀ ਦਾ ਤੇ ਹਾਲੇ ਨੋਟੀਫਿਕੇਸ਼ਨ ਹੀ ਨਹੀਂ ਜਾਰੀ ਹੋਇਆ ਤੇ ਦੁਸ਼ਮਣੀਆਂ ਪਹਿਲਾਂ ਪੈ ਗਈਆਂ ਨੇ ਦੂਜੀ ਗੱਲ ਵੇਖੋ ਹੈ ਤੇ ਆਜ਼ਾਦੀ ਆਪੋ ਆਪਣੀ ਤੁਸੀਂ ਕਿੱਥੇ ਕੰਮ ਕਰਨਾ ਮੈਂ ਤੈਨੂੰ ਨਹੀਂ ਕਰਨਾ ਤੁਸੀਂ ਕਿਹੜੇ ਫੀਲਡ 'ਚ ਜਾਣਾ ਮੈਂ ਤੈਨੂੰ ਨਹੀਂ ਕਰਨਾ ਪਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਪਹਿਲੀ ਗੱਲ ਤੇ ਇਹ ਆ ਕਿ ਕਬੱਡੀ ਖਿਡਾਰੀਆਂ ਨੂੰ ਆ ਜਿਹੜੇ ਸਿਆਸੀ ਲੋਕ ਆ ਇਹਨਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਜੀ ਕੁਝ ਕਬੱਡੀ ਖਿਡਾਰੀ ਹੁਣ ਮੈਂ ਨਾਂ ਨਹੀਂ ਲਊਂਗਾ ਉਹ ਇੱਥੇ ਪੰਜਾਬ 'ਚ ਆਏ ਨਹੀਂ ਐ ਸੀਜ਼ਨ ਖੇਡਣ ਤੁਸੀਂ ਦੇਖੋ ਗਾਂਵ ਨਹੀਂ ਆਉਣਗੇ ਸ਼ਾਇਦ ਸਿਰਫ ਇਹਨਾਂ ਚੀਜ਼ਾਂ ਕਰਕੇ ਬਿਲਕੁਲ ਡਰਦੇ ਨੇ ਜਿਹੜੇ ਬਾਹਰ ਹੁਣ ਮਤਲਬ ਕਿ ਸੈਟਲਡ ਹੋਏ ਤਕੜੇ ਸਟਾਰ ਖਿਡਾਰੀਆਂ ਦੀ ਗੱਲ ਕਰਦਾ ਉਹ ਤੁਹਾਨੂੰ ਨਦਾਰਦ ਮਿਲਣਗੇ ਕਿ ਮੇਲਿਆਂ ਤੇ ਆਹ ਮੁੰਡੇ ਨੂੰ ਦੇਖ ਕੇ ਤਾਂ ਮਿੰਟੂ ਜੀ ਮੈਨੂੰ ਫੀਲ ਹੋਇਆ ਵੀ ਘਰੇ ਵੀ ਸੇਫ ਨਹੀਂ ਹੈਗਾ ਬੰਦਾ ਆਪਦੇ ਹਾਂ ਫਿਰ ਮੰਨ ਲਓ ਕਿਰ ਉਹਨਾਂ ਗਰਾਊਂਡ 'ਚ ਵੀ ਸੇਫ ਨਹੀਂਗਾ ਤੇ ਘਰੇ ਵੀ ਨਹੀਂ ਰਹਿ ਸਕਦਾ ਜੀ ਉਹੀ ਗੱਲ ਹੈ ਨਾ ਜੀ ਅਗਲਾ ਡਰਦਾ ਕਿ ਜਹਾ ਜਾਂਦੀ ਹੋਗੀ ਤੇ ਭਾਈ ਕੀ ਕਰਾਂਗੇ ਸੋ ਇਹ ਕੰਮ ਜਿਹੜਾ ਹੈ ਨਾ ਉਹ ਜਾਦਾ ਵਧ ਗਿਆ ਦੂਜੀ ਚੀਜ਼ ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਜੀ ਕਿ ਜਿਹੜਾ ਵੀ ਕੋਈ ਕਬੱਡੀ ਖਿਡਾਰੀ ਆ ਨਾ ਚਾਹੇ ਉਹ ਤੁਹਾਨੂੰ ਸ਼ਹਿ ਦੇ ਰਿਹਾ ਹੈ ਜਾਦਾ ਕੁਝ ਮਤਲਬ ਕਿ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਜਿੰਨਾ ਵੀ ਦੂਰ रह ਸਕਦੇ ਹੋ ਸਾਡੀ ਪੋਲਿਟਿਕਸ ਇਹੋ ਜੀ ਪੋਲਿਟਿਕਸ ਹੋ ਗਈ ਆ ਜਿਹਦੇ ਚ ਬੰਦਾ ਹੀ ਬੰਦੇ ਨੂੰ ਖਾਦੀ ਜਾਂਦਾ ਚਾਹੇ ਉਹ ਪੈਸੇ ਵਾਲੇ ਮਾਮਲੇ ਚ ਹੋਵੇ ਚਾਹੇ ਜਾਨ ਵਾਲੇ ਮਾਮਲੇ ਚ ਹੋਵੇ ਜੀ ਪਹਿਲੀ ਤਾਂ ਮੈਂ ਗੁਜ਼ਾਰਿਸ਼ ਕਰੂੰਗਾ ਪਰ ਕਿਉਂਕਿ ਚੋਣ ਤੁਹਾਡੀ ਆ ਜ਼ਿੰਦਗੀ ਤੁਹਾਡੀ ਆ ਫੈਸਲੇ ਤੁਹਾਡੇ ਨੇ ਆਪਾਂ ਤਾਂ ਇੱਕ رائے ਰੱਖ ਸਕਦੇ ਹਾਂ ਕਿ ਜੇ ਕਬੱਡੀ ਖੇਡਦਾ ਕੋਈ ਤੋਂ ਇਹਨਾਂ ਤੋਂ ਦੂਰੀ ਹੋਈ ਰੱਖੇ ਤਾਂ ਬਿਹਤਰ ਆ ਮੈਂ ਤੇ ਗਾਇਕਾਂ ਨੂੰ ਵੀ ਕਹਿਣਾ ਕਿ ਦੂਰੀਓ ਰੱਖਿਆ ਕਰੋ ਥੋੜੀ ਜਿਹੀ ਜੀ ਪਤਾ ਨਹੀਂ ਕਦੋਂ ਕੀ ਹੋ ਜਾਣਾ ਜੀ ਕਿਉਂਕਿ ਸੈਲੀਬ੍ਰਿਟੀ ਹੋ ਤੁਸੀਂ ਸਾਰਿਆਂ ਦੇ ਸਾਹਮਣੇ ਆਪਾਂ ਦੇਖਿਆ ਬਹੁਤ سارے ਸਿਆਸਤਦਾਨ ਲੈ ਗਏ ਕਲਾਕਾਰਾਂ ਨੂੰ ਖਿੱਚ ਕੇ ਮੁੜ ਕੇ ਉਹਨਾਂ ਦਾ ਬਣਿਆ ਕੱਖ ਨਹੀਂ ਵਾਪਸ ਆਇਆ ਗਾਇਕੀ ਚ ਹਾਂਜੀ ਬਹੁਤ سارے ਨਾਂ ਤੁਹਾਨੂੰ ਮਿਲ ਜਾਣੇ ਨੇ ਬਹੁਤ ਸਾਰੇ ਵੀ ਨਾ ਤਾਂ ਕਟੋ-ਕਟਾ ਦੀ ਦਰਜਨ ਦੇ ਕਰੀਬ ਉਹ ਮਿਲ ਜਾਣੇ ਨੇ ਤੁਹਾਨੂੰ ਮਿਲ ਜਾਣਗੇ ਕਿੰਨੇ ਨੇ ਤਾਂ ਕਿਹਾ ਕਿ ਗਲਤੀ ਹੋ ਗਈ ਸਾਡੇ ਦੁਆਰੇ ਹਾਂਜੀ ਸੋ ਇਹ ਆ ਤੇ ਦੂਸਰੀ ਚੀਜ਼ ਯਾਰ ਇੱਕ ਹੋਰ ਇਨਸਾਨੀ ਪੱਖ ਤੋਂ ਵੀ ਸੋਚੋ ਚਾਹੇ ਉਹ ਕ੍ਰਾਈਮ ਕਰਨ ਵਾਲੇ ਨੇ ਚਾਹੇ ਕੋਈ ਮਤਲਬ ਕਿ ਇਸ ਤਰ੍ਹਾਂ ਦਾ ਰੰਜ ਰੱਖ ਕੇ ਇੱਕ ਦੂਜੇ ਨਾਲ ਕਰਵਾ ਰਿਹਾ ਹੈ ਖਿਡਾਰੀ ਬੰਨਾ ਖਿਡਾਰੀ ਬਣਾਉਣਾ ਬਹੁਤ ਔਖਾ ਹੈ ਜੀ ਅਸੀਂ ਮਤਲਬ ਕਿ ਇਹ ਸਿਆਸੀ ਚਲੋ ਅਹੁਦੇ ਹੁੰਦੇ ਨੇ ਕੀ ਆ 5 ਸਾਲ ਵਾਸਤੇ ਕੋਈ ਵੀ ਸਰਪੰਚ ਰਹ ਜੂਗਾ ਪਹਿਲੀ ਗੱਲ ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਸਰਪੰਚੀ ਵਾਸਤੇ ਇੰਨਾ ਜ਼ਿਆਦਾ ਕੀ ਉਹਦੇ ਚ ਹੋ ਜਾਂਦਾ ਨਾ ਇਹਨਾਂ ਦੀ ਕੋਈ ਤਨਖਾਹ ਹੈ ਨਾ ਇਹਨਾਂ ਦਾ ਕੋਈ ਮਤਲਬ ਕਿ ਬਜਮਾ ਪਤਾ ਇਹਨਾਂ ਨੂੰ ਮਿਲਦਾ ਕੁਝ ਵੀ ਨਾ ਕਰੋ ਤੁਸੀਂ ਬੇਈਮਾਨੀ ਨਾ ਕਰੋ ਘਟੋ ਘਟਾ ਅੱਧਾ ਪਿੰਡ ਤੇ ਵੈਰ ਪੈ ਜਾਂਦਾ ਕਿਉਂਕਿ ਜਦੋਂ ਤੁਸੀਂ ਸੱਚ ਦੀ ਵੀ ਗੱਲ ਕਰੋਗੇ ਉਹ ਇੱਕ ਧਿਰ ਨੂੰ ਚੰਗੀ ਨਹੀਂ ਲੱਗਣੀ ਕਿਉਂਕਿ ਉਹ ਤੁਹਾਡੇ ਤੋਂ ਐਕਸੈਪਟ ਕਰਦੇ ਆ ਕਿ ਤੁਸੀਂ ਝੂਠ ਬੋਲੋ ਤੇ ਝੂਠ ਦਾ ਸਾਥ ਦੇਵੋ ਮੈਂ ਵੇਖਿਆ ਪਲਵਾਨਸ ਜਿਹੜੇ ਸਰਪੰਚੀ ਕਰਦੇ ਆ ਮੈਂ ਵੇਖਿਆ ਉਹਨਾਂ ਨੂੰ ਵੀ ਲੋਕਾਂ ਨੇ ਗਾਲਾਂ ਕੱਢੀਆਂ ਮੇਰੇ ਅੱਖੀਂ ਵੇਖੇ ਦੀ ਗੱਲ ਆ ਜੀ ਤੇ ਉਲੂਚੇ ਬੰਦੇ ਦਾ ਵੀ ਉਹੀ ਹਾਲ ਹੈ ਫਿਰ ਕਰਨਾ ਕੀ ਆ ਜਿੱਥੇ ਪਲਵਾਨ ਸੀ ਤੇ ਲੁਚਪੁਣਾ ਇੱਕ ਰਾਲ ਗੱਡ ਗੱਡ ਮੱਡ ਹੋ ਗਿਆ ਜਿਹੜਾ ਲੜਦਾ ਲੜੀ ਜਾਵੇ ਜਿਹੜਾ ਬਣਦਾ ਬਣੀ ਜਾਵੇ ਹਾਂ ਜੇ ਪਿੰਡ ਸਹਿਮਤ ਹੁੰਦਾ ਕਿਸੇ ਬੰਦੇ ਤੇ ਯਾਰ ਅੱਛਾ ਬੰਦਾ ਪਹਿਲੀ ਗੱਲ ਅੱਛੇ ਬੰਦੇ ਦਾ ਤਾਂ ਅਸੀਂ ਨਾ ਹੀ ਨਹੀਂ ਲੈਂਦੇ ਜੱਜ ਨਾਲ ਉਹ ਵੋਟਾਂ 'ਚ ਖੜ੍ਹ ਜਾਵੇ ਤੇ ਬਸ ਉਹਦਾ ਭੰਦੀ ਪ੍ਰਚਾਰ ਸ਼ੁਰੂ ਹੋ ਜਾਂਦਾ ਉਹਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਹੋ ਜਾਂਦੀਆਂ ਫਿਰ ਇਹ ਕਹਿੰ ਕੇ ਇਹ ਇਹ ਨਹੀਂ ਪਿੰਡ ਲਈ ਕੀਤਾ ਕੀ ਆ ਭਾਵੇਂ ਉਹਦੇ 50 ਸਟੂਡੈਂਟ ਜਿਹੜੇ ਆ ਉਹ ਆਪੋ ਆਪਣੀ ਮੰਜ਼ਲ ਤੇ ਪਹੁੰਚਾ ਦਿੱਤੇ ਹੋਣ ਕਿਉਂਕਿ ਇਹਨੇ ਪ੍ਰਿੰਟ ਲਈ ਕੀ ਕੀਤਾ ਮੈਂ ਕਿਹਾ ਸਿਰ ਵੱਢ ਕੇ ਟਾਲੀ ਤੇ ਟੰਗ ਦਿਓ ਦੇਰੇ ਸੱਜਾ ਤੇ ਹੋ ਹੋਰ ਕੀ ਕਰਨਾ ਤੁਹਾਡੇ ਵਾਸਤੇ ਯਾਰ ਉਹ ਨਹੀਂ ਗਿੰਨਗੇ ਕਿ ਸਿੱਖਿਆ ਦੇ ਖੇਤਰ ਚ ਇਹਦਾ ਕੀ ਯੋਗਦਾਨ ਹੈ ਇਹ ਅੱਛਾ ਪੜ੍ਹਾਈ ਦਾ ਮਾਹੌਲ ਬਣਾ ਸਕਦਾ ਸੋ ਉਹ ਉੱਥੇ ਆ ਜਾਂਦੀ ਹੈ ਧਿਰ ਬਾਜੀ ਪਾਰਟੀ ਬਾਜੀ ਜਿੱਥੇ ਮਤਲਬ ਕਿ ਕਾਬਲੀਅਤ ਅਸ਼ਾਈ ਇਹ ਸਾਰੀਆਂ ਚੀਜ਼ਾਂ ਪਿੱਛੇ ਛੁੱਟ ਜਾਂਦੀਆਂ ਨੇ ਤੁਹਾਡੇ ਪਿੰਡ ਵੀ ਆਲੇ ਹੋਏਗਾ ਮੇਰੇ ਪਿੰਡ ਇਹ ਤਕਰੀਬਨ ਇਹੋ ਆ ਲਿਆ ਜੀ 100 ਚੋਂ ਲਾ ਲਓ ਕੋਈ 5-10 ਪਿੰਡ ਹੁੰਦੇ ਆ ਕਰਮਾ ਵਾਲੇ ਕਿ ਭਾਈ ਜਿੱਥੇ ਵਧੀਆ ਬੰਦੇ ਇਲੈਕਸ਼ਨ ਲੜਦੇ ਆ ਵਧੀਆ ਜਿੱਤਦੇ ਆ ਜੀ ਤਾਂ ਕੁੱਲ ਮਿਲਾ ਕੇ ਹੋਇਆ ਸੀ ਤੇ ਇਹੀ ਕਹਿ ਸਕਦੇ ਆ ਕਿ ਛੱਡੋ ਯਾਰ ਘਟੋ-ਕਟੇ ਤੇ ਨਾ ਕੰਮ ਕਰੋ ਕਿ ਤੁਸੀਂ ਕਬੱਡੀ ਖਿਡਾਰੀਆਂ ਨੂੰ ਵੀ ਟਾਰਗੇਟ ਕਰੀ ਜਾਂਦੇ ਹੋ ਜੀ ਤੇ ਦੂਜੀ ਚੀਜ਼ ਇਹ ਆ ਕਿ ਵੇਖੋ ਇਹ ਵੀ ਇੰਟਰਟੇਨਰ ਹੀ ਹੁੰਦੇ ਨੇ ਜੀ ਚਾਹੇ ਕੋਈ ਖਿਡਾਰੀ ਆ ਕੋਈ ਆਰਟਿਸਟ ਹੈ ਉਹਨਾਂ ਦਾ ਕੰਮ ਕੀ ਹੋ ਤੁਹਾਨੂੰ ਮਨੋਰੰਜਨ ਹੀ ਦਿੰਦੇ ਨੇ ਨਾ ਉਹਨਾਂ ਦਾ ਰੋਜ਼ਗਾਰ ਹੁੰਦਾ ਇਹਨਾਂ ਚੀਜ਼ਾਂ ਨਾਲ ਜੁੜਿਆ ਜੀ ਆ ਹੁਣ ਤੁਸੀਂ ਵੇਖੋ ਆ ਚੰਗਾ ਕੋਈ ਪਲੇਅਰ ਉੱਥੇ ਨਾ ਘਟੂ ਘਟ ਨਿਊਜ਼ੀਲੈਂਡ ਦਾ ਤੇ ਗੜਾ ਲਾ ਆਉਂਦਾ ਮੈਂ ਦੇਖਿਆ ਸਾਡੇ ਮੇਰੀ ਤੇ ਇਹਨਾਂ ਸੌਖਾ ਨਹੀਂ ਸੀ ਕੋਈ ਸੌਚ ਮੰਨ ਲਓ ਕਿ ਉਤਲੀ ਜਿਹੜੀ ਕਰੀਮ ਹੈ ਉਹ ਜਾਂਦੀ ਸੀ ਬਾਹਰ ਹੁਣ ਕਿਉਂਕਿ ਪ੍ਰਚਾਰ ਪ੍ਰਸਾਰ ਬਹੁਤ ਆ ਜੀ ਤੇ ਸਾਰਾ ਨੁਕਸਾਨ ਕਬੱਡੀ ਨੂੰ ਵੀ ਹੋ ਰਿਹਾ ਹੈ ਨਾ ਜੀ ਦੁਸ਼ਮਣੀਆਂ ਆਪਦੀ ਚਾਹੇ ਕੁਝ ਵੀ ਹੈ ਉਹਦਾ ਨੁਕਸਾਨ ਤਾਂ ਕਬੱਡੀ ਨੂੰ ਹੋ ਰਿਹਾ ਹੈ ਨਾ ਤਾਂ ਖੁਦਾ ਦਾ ਵਾਸਤਾ ਹੈ ਰਹਿਮ ਕਰੋ ਯਾਰ ਰਹਿਮ ਕਰੋ ਅਸੀਂ ਤੇ ਹੱਥ ਜੋੜ ਸਕਦੇ ਹਾਂ ਬਿਲਕੁਲ ਇਹੋ ਗੱਲ ਹੈ ਕਿਉਂਕਿ ਤੁਸੀਂ ਹੱਥ ਤੋੜ ਸਕਦੇ ਹੋ ਅਸੀਂ ਹੱਥ ਜੋੜ ਸਕਦੇ ਹਾਂ ਕਿ ਨੁਕਸਾਨ ਕਬੱਡੀ ਦਾ ਬਹੁਤ ਜ਼ਿਆਦਾ ਹੋ ਰਿਹਾ ਤੇ ਕਬੱਡੀ ਵਾਲਿਆਂ ਨੂੰ ਵੀ ਮੈਂ ਅਪੀਲ ਕਰੂੰਗਾ ਕੁਝ ਨਹੀਂ ਫਾਇਦਾ ਆ ਜਦੋਂ ਤੁਸੀਂ ਆਪਦਾ ਕਬੱਡੀ ਦਾ ਕੈਰੀਅਰ ਵਧੀਆ ਹੰਡਾ ਲਿਆ ਸਾਰ ਲਿਆ ਹੋ ਸਕਦਾ ਤੁਹਾਨੂੰ ਆਪਣੇ ਆਪ ਹੀ ਸਰਪੰਚ ਚੁਣ ਲੈਣਾ ਜੀ ਪਿੰਡ ਵਾਲੇ ਆ ਬਣੇ ਹੀ ਨੇ ਕਈ ਵਿੱਚ ਕਬੱਡੀ ਸਟਾਰ ਵੀ ਸਿਆਸਤ ਦੇ ਵਿੱਚ ਆਏ ਨੇ ਅਸੀਂ ਗੱਲ ਨਹੀਂ ਗੁਰਲਾਲ ਘਨੋਰਾ ਆ ਕਾਮਯਾਬੀ ਉਹਨਾਂ ਨੇ ਆਪਦਾ ਪਹਿਲਾ ਕਬੱਡੀ ਖੇਡੀ ਆ ਸਾਰਾ ਕੁਝ ਕੀਤਾ ਉਸ ਤੋਂ ਬਾਅਦ ਜੇ ਆਏ ਤੇ ਪੱਕੇ ਪੈਰੀ ਉਹ ਸਿਆਸਤਦਾਨ ਬਣ ਗਏ ਗੁਲਜਾਰੀ ਮੋਨੂਕ ਜੀ ਹਾਂਜੀ ਨਾਮ ਸਿੱਕੇ ਸਟੈਂਪ ਛੋਟੀ ਦੇ ਖੜਾਰੀਆਂ ਚ ਇੱਕ ਨੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਕੈਰੀਅਰ ਦੇ ਦੌਰਾਨ ਇਹਨਾਂ ਚੀਜ਼ਾਂ ਕਿਉਂਕਿ ਇਹ ਜ਼ਿਆਦਾ ਹੋਇਆ ਪਿਆ ਕੰਮ ਹਾਲਾਂਕਿ ਮੈਂ ਤਾਂ ਕਹਿਣਾ ਕਿ ਕਬੱਡੀ ਚ ਇਹਨਾਂ ਚੀਜ਼ਾਂ ਦੀ ਐਂਟਰੀ ਹੀ ਨਹੀਂ ਸੀ ਹੋਣੀ ਚਾਹੀਦੀ ਜੀ ਪਰ ਹੁਣ ਕਬੱਡੀ ਨੂੰ ਬਚਾਓ ਕਿਸੇ ਤਰੀਕੇ ਨਾਲ ਸਾਰਿਆਂ ਦੀ ਆਪਣੀ ਸਾਂਝੀ ਹੈ ਕਿਸੇ ਇਕੱਲੇ ਦੀ ਕੋਈ ਜ਼ਾਇਦਾਤ ਨਹੀਂਗੀ ਹਾਂਜੀ ਜੀ 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 ਇਧਰ ਉਹ ਖੰਨਾ ਬਾਜਵਾ ਕਾਉਂਸਲਰ ਨੇ ਮਿੰਟੂ ਜੀ ਉਹ ਕਹਿੰਦੇ ਗੱਲ ਤੁਹਾਡੀ ਠੀਕ ਹੈ ਮਿੰਟੂ ਜੀ ਮੈਂ ਐਮਸੀ ਬਣਿਆ ਸੀਗਾ ਇਹ ਗੱਲ ਠੀਕ ਹੈ ਕੁਲਦੀਪ ਭੁੱਲਰ ਜੀ ਅਕਰੇ ਜੀ ਸਰਪੰਚੀ ਵਾਲੀ ਗੱਲ ਸਹੀ ਹੈ ਮਿੰਟੂ ਜੀ ਬਿਲਕੁਲ ਤੁਹਾਡੀ ਸਹੀ ਹੁੰਦਾਗਾ ਕਹਨੇ ਕੇ ਜੀ ਨਹੀਂ ਮੈਂ ਦੇਖਿਆ ਜੀ ਮੈਂ ਦੇਖਿਆ ਚੰਗੇ ਭਲੇ ਜਿਹੜੇ ਪਲਮਾਨ ਸੰਬੰਧੇ ਆ ਉਹਨਾਂ ਦਾ ਵੀ ਜਲੂਸ ਨਿਕਲਿਆ ਭਾਵੇਂ ਉਹਨਾਂ ਨੇ ਕਮਾਈ ਕੀਤੀ ਹੋਵੇ ਤੇ ਉਹ ਕਹਿੰਦੇ ਪਿੰਡ ਨੂੰ ਖਾ ਗਿਆ ਲੈ ਜੀ ਜੀ ਉਹਨੇ ਕੋਠੀ ਆਪਦੀ ਕਮਾਈ ਨਾਲ ਵੀ ਪਾ ਲਈ ਇਮਾਨਦਾਰ ਵੀ ਰਿਹਾ ਤਦ ਵੀ ਕਹਿਣ ਕੇ ਖਾ ਗਿਆ ਪਿੰਡ ਉਹ ਖਾ ਗਿਆ ਜੀ ਇਹਨੇ ਕੱਖ ਨਹੀਂ ਕੀਤਾ ਇਹਨੇ ਕੱਖ ਨਹੀਂ ਕੀਤਾ ਉਹੀ ਤੁਹਾਨੂੰ ਦੱਸੀ ਜਾਂਦਾ ਨਾ ਕਿ ਬਹੁਤ ਔਖਾ ਹੈ ਇਹ ਤੇ ਇਹ ਆ ਕਿ ਸਾਨੂੰ ਮਤ ਦੇਵੇ ਪ੍ਰਮਾਤਮਾ ਅਸੀਂ ਚੰਗੇ ਬੰਦਿਆਂ ਨੂੰ ਆਪ ਹੀ ਚੁਣ ਲਿਆ ਕਰੀਏ ਜਾਂ ਦੁਸ਼ਮਣੀਆਂ ਦਸ਼ਮਣੀਆਂ ਮਿਟੀ ਜਾਣ ਸਹਿਮਤੀ ਬਣ ਜਾਇਆ ਕਰੇ ਹਾਂਜੀ ਪਰ ਬਣਦੀ ਨਹੀਂ ਸਾਡਾ ਪਿੰਡ ਜਿਹੜਾ ਸਾਰਾ ਇੱਕੋ ਜ਼ਿਆਦਾਤਰ ਮਤਲਬ ਕਿ 90% ਦੀ ਅਸੀਂ ਪਿੱਛੋਂ ਇੱਕੋ ਪਿੰਡ ਚ ਉੱਠ ਕੇ ਆਏ ਹਾਂ ਮਤਲਬ ਇੱਕੋ ਪਿੰਡ ਤੋਂ ਭਾਵ ਕੀ ਹੈ ਕਿ ਵੱਡ ਵਡੇਰੇ ਸਭ ਕੋਈ ਸਾਂਝਾ ਇੱਥੇ ਆ ਕੇ ਤੁਸੀਂ ਇੱਥੇ ਧੜੇ ਨੇ ਸਾਡੇ ਆਪਸ ਵਿੱਚ ਮਤਲਬ ਕਿ ਜਿਹੜਾ ਇੱਕ ਪਿੰਡ ਚੋਂ ਪਿੰਡ ਉੱਠ ਕੇ ਆਇਆ ਉੱਥੇ ਵੀ ਸਹਮਤੀ ਨਹੀਂ ਜੇ ਬਣਦੀ ਹਾਂਜੀ ਹਾਂਜੀ ਆਹ ਹਾਲਿਆ ਬਿਲਕੁਲ ਆ ਹੁਣ ਅੱਗੇ ਆ ਜਾਣਗੇ 2-3 ਮਹੀਨੇ ਤੱਕ ਬੂਟਾ ਉਦੋਂ ਆਪਾਂ ਦੇਖ ਲਾਂਗੇ ਆਹੀ ਕੰਮ ਚੱਲਣਾ ਕਿਸੇ ਬੰਦੇ ਵਾਲਾ ਹਾਂਜੀ ਬਿਲਕੁਲ ਇਹੋ ਕਰਨਾ